Chamadan. ਰੇਡੀਓ ਪੰਜਾਬ ਟੁਡੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀਓ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀਆਂ ਕੰਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ ਟਿਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਟਿਲੋ ਸਾਹਿਬ ਐਮਰਜੈਂਸੀ ਕਹਿੰਦੇ ਅੱਜ ਤੋਂ 43 ਸਾਲ ਪਹਿਲਾਂ ਅੱਜ ਦੇ ਦਿਨ ਮੁੱਢ ਵੱਜਿਆ ਸੀ ਇਹਦਾ ਹਾਂਜੀ ਜਿਹਨੇ ਇੰਦਰਾ ਗਾਂਧੀ ਦੀ ਜਿਹਨੇ ਬੜਾ ਕੁਛ ਕੀਤਾ ਬੜਾ ਕੁਛ ਕੀਤਾ ਜਿਹਨੇ ਹਾਂ ਅਸਲ ਦੇ ਵਿੱਚ ਅੱਜ ਦੇ ਦਿਨ ਇਲਾਹਾਬਾਦ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਸੀ ਅੱਛਾ ਜੀ ਫੈਸਲਾ ਕੀ ਸੀ ਅਰਾਜ ਨਰੈਣ ਜਿਹਨੇ 1971 ਦੇ ਵਿੱਚ ਇੰਦਰਾ ਗਾਂਧੀ ਦੇ ਮੁਕਾਬਲੇ ਚੋਣ ਲੜੀ ਸੀ ਜੀ ਉਹਨੇ ਚੋਣ ਪਟੀਸ਼ਨ ਦਾਇਰ ਕਰਤੀ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਿਹੜੀ ਲਿਮਿਟ ਹੁੰਦੀ ਹੈ ਲਿਮਿਟ ਤੋਂ ਵੱਧ ਖਰਚਾ ਕੀਤਾ ਜੀ ਔਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ ਇਸ ਕਰਕੇ ਇਹਦੀ ਚੋਣ ਨੂੰ ਰੱਦ ਕੀਤਾ ਜਾਵੇ ਜੀ ਮਾਮਲਾ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਸੀ ਦਿੱਤਾ ਦੋਵਾਂ ਤਰ੍ਹਾਂ ਨੇ ਆਪੋ ਆਪਣੇ ਸਬੂਤ ਦਿੱਤੇ ਸਾਰਾ ਕੁਛ ਕੀਤਾ ਲੇਕਿਨ ਜਿਹੜੇ ਫਾਜ਼ਲ ਜੱਜ ਸੀ ਜੀ ਉਹਨਾਂ ਨੇ ਅੱਜ ਦੇ ਦਿਨ ਫੈਸਲਾ ਸੁਣਾਉਂਦਿਆਂ ਨਾ ਸਿਰਫ ਇੰਦਰਾ ਗਾਂਧੀ ਦੀ ਚੋਣ ਰੱਦ ਕਰਤੀ ਜੀ ਸਗੋਂ ਅਗਲੇ 6 ਸਾਲਾਂ ਲਈ ਉਹਨਾਂ ਨੂੰ ਕੋਈ ਵੀ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ ਜੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਇੰਦਰਾ ਗਾਂਧੀ ਨੇ ਆਨਣ ਫਾਨਣ ਦੇ ਵਿੱਚ ਵੀ ਹੁਣ ਕੀ ਕੀਤਾ ਜਾਵੇ ਜੀ ਉਹਨੇ ਕਿਹਾ ਮੈਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕਰੂੰਗੀ ਲੇਕਿਨ ਮੁਲਕ ਦੇ ਵਿੱਚੋਂ ਆਵਾਜ਼ ਉੱਠੀ ਜੀ ਕਿ ਪ੍ਰਧਾਨ ਮੰਤਰੀ ਦੀ ਚੋਣ ਰੱਦ ਹੋ ਚੁੱਕੀ ਹੈ ਇਸ ਲਈ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜੀ ਤੇ ਜਦੋਂ ਅਸਤੀਫਾ ਦੇਣ ਦੀ ਗੱਲ ਆਈ ਪ੍ਰਧਾਨ ਮੰਤਰੀ ਨੇ ਅਸਤੀਫਾ ਨਹੀਂ ਦਿੱਤਾ ਕੈਬਨਿਟ ਦੀ ਮੀਟਿੰਗ ਤੋਂ ਬਗੈਰ ਹੀ ਜੀ ਜਿਹੜੀ ਉਹਨਾਂ ਦੀ ਜੁੰਡਲੀ ਸੀ ਸਲਾਹਕਾਰਾਂ ਦੀ ਉਹਨਾਂ ਦੀ ਸਲਾਹ ਦੇ ਉੱਤੇ ਉਹਨੇ ਇੱਕ ਕੈਬਨਿਟ ਦਾ ਰੈਜੂਲੇਸ਼ਨ ਲਿਖਿਆ ਕਿ ਦੇਸ਼ ਦੇ ਵਿੱਚ ਜਿਹੜੀਆਂ ਫਾਸ਼ੀ ਤਾਕਤਾਂ ਜੀ ਫੁੱਟਪਾਊ ਤਾਕਤਾਂ ਉਹ ਦੇਸ਼ ਨੂੰ ਟੁਕੜੇ ਟੁਕੜੇ ਕਰਨਾ ਚਾਹੁੰਦੀਆਂ ਉਹ ਦੇਸ਼ ਦਾ ਨੁਕਸਾਨ ਕਰਨਾ ਚਾਹੁੰਦੀਆਂ ਅੰਦਰੂਨੀ ਤੌਰ ਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਬਹੁਤ ਵੱਡਾ ਖਤਰਾ ਹੈ ਜੀ ਇਸ ਲਈ ਕਹਿੰਦੇ ਵੀ ਦੇਸ਼ ਦੇ ਵਿੱਚ ਐਮਰਜੈਂਸੀ ਲਾਈ ਜਾਵੇ ਔਰ ਐਮਰਜੈਂਸੀ ਲਾ ਕੇ ਰਾਸ਼ਟਰਪਤੀ ਕੋਲ ਰੈਜੂਲੇਸ਼ਨ ਭੇਜਣਾ ਪੈਂਦਾ ਮਤਾ ਭੇਜਣਾ ਪੈਂਦਾ ਜਿਹਨੂੰ ਅੱਗੇ ਰਾਸ਼ਟਰਪਤੀ ਨੇ ਪ੍ਰਵਾਨਗੀ ਦੇਣੀ ਹੁੰਦੀ ਹੈ ਜੀ ਉਸ ਵੇਲੇ ਕਹਿੰਦੇ ਵੀ ਇੱਕੋ ਇੱਕ ਸ਼ਖਸ ਸੀ ਜਿਹਨੇ ਉਹਦੇ ਤੇ ਹੈਰਾਨਗੀ ਪ੍ਰਗਟ ਕੀਤੀ ਸੀ ਜੀ ਆਰ ਕੇ ਧਵਨ ਜਿਹੜੇ ਇੰਦਰਾ ਗਾਂਧੀ ਦੇ ਐਡਵਾਈਜ਼ਰ ਵੀ ਸੀ ਜੀ ਸਟੈਨੋ ਵੀ ਕਹਿ ਲਓ ਸਾਰਾ ਕੁਛ ਸਾਰਾ ਕੁਛ ਹੀ ਸੀਗੇ ਹਾਂਜੀ ਉਹ ਜਦੋਂ ਇਹ ਰੈਜੂਲੇਸ਼ਨ ਲੈ ਕੇ ਸਰਦਾਰ ਸਵਰਨ ਸਿੰਘ ਕੋਲ ਗਿਆ ਸਵਰਨ ਸਿੰਘ ਬਹੁਤ ਉੱਚ ਪਾਏ ਦੇ ਲੀਡਰ ਸੀ ਇੱਕ ਵਾਰੀ ਵਿੱਚੋਂ ਇਹ ਵੀ ਮੂਵ ਚੱਲ ਪਈ ਸੀ ਜੀ ਕੁਝ ਸੀਨੀਅਰ ਵਜ਼ੀਰਾਂ ਨੇ ਕਿਹਾ ਸੀ ਕਿ ਸਵਰਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਓ ਤੁਸੀਂ ਪਾਸੇ ਹੋ ਜੋ ਅਪੀਲ ਕਰ ਦਿਓ ਜੀ ਤੇ ਜਦੋਂ ਅਪੀਲ ਦਾ ਫੈਸਲਾ ਤੁਹਾਡੇ ਹੱਕ ਚ ਹੋ ਗਿਆ ਮੈਡਮ ਜੀ ਫਿਰ ਤੁਸੀਂ ਪ੍ਰਧਾਨ ਮੰਤਰੀ ਬਣ ਜਾਓ ਲੇਕਿਨ ਜਦੋਂ ਸਵਰਨ ਸਿੰਘ ਕੋਲ ਗਏ ਵੀ ਦਸਤਖਤ ਕਰ ਦਿਓ ਜੀ ਤਾਂ ਸਵਰਨ ਸਿੰਘ ਥੋੜਾ ਹਿਚਕਚਾਇਆ ਕਹਿੰਦਾ ਕੈਬਨਿਟ ਦੀ ਮੀਟਿੰਗ ਤਾਂ ਹੋਈ ਜੀ ਜੀ ਫਿਰ ਵੀ ਉਹਨੇ ਦਸਤਖਤ ਕਰਤੇ ਇਹ ਗੱਲ ਜਦੋਂ ਇੰਦਰਾ ਗਾਂਧੀ ਨੂੰ ਪਤਾ ਲੱਗੀ ਵੀ ਕੀ ਹੋਇਆ ਤੇ ਕਹਿੰਦੇ ਵੀ ਆਹ ਸਵਰਨ ਸਿੰਘ ਨੇ ਇਕੱਲੇ ਨੇ ਹਿਚਕਚਾਹਟ ਦਿਖਾਈ ਸੀ ਜੀ ਤੇ ਫਿਰ ਸਵਰਨ ਸਿੰਘ ਤੋਂ ਵੀ ਭਰੋਸਾ ਉੱਠ ਗਿਆ ਸੀ ਨਤੀਜਾ ਕੀ ਹੋਇਆ ਦੇਸ਼ ਐਮਰਜੈਂਸੀ ਲੱਗ ਗਈ ਐਮਰਜੈਂਸੀ ਲੱਗਣ ਤੋਂ ਬਾਅਦ ਸਟੇ ਮਿਲ ਗਿਆ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਤੇ ਫਿਰ ਪਾਰਲੀਮੈਂਟ ਦੇ ਵਿੱਚੋਂ ਹੀ ਇੱਕ ਰੈਜੂਲੇਸ਼ਨ ਪਾਸ ਕਰਵਾ ਲਿਆ ਹੋਰ ਜੀ ਕਿ ਜਿਹੜਾ 6 ਸਾਲਾਂ ਲਈ ਇੰਦਰਾ ਗਾਂਧੀ ਨੂੰ ਆਯੋਗ ਕਰਾਰ ਦਿੱਤਾ ਗਿਆ ਜੀ ਪਾਰਲੀਮੈਂਟ ਉਸ ਫੈਸਲੇ ਨੂੰ ਰੱਦ ਕਰਦੀ ਹੈ ਪਰ ਪਾਰਲੀਮੈਂਟ ਨੇ ਫੈਸਲਾ ਰੱਦ ਕਰਤਾ ਦੇਸ਼ ਦੀ ਜਨਤਾ ਦੇ ਸਾਹਮਣੇ ਜਦੋਂ ਮੌਕਾ ਆਇਆ ਉਹਨੇ ਫੈਸਲਾ ਕੋਈ ਹੋਰ ਦਿੱਤਾ ਇਸੇ ਦੌਰਾਨ ਜੇ ਆਪਾਂ ਦੇਖੀਏ ਤਾਂ ਇੰਦਰਾ ਗਾਂਧੀ ਨੇ
ਇੱਕ ਨਹੀਂ ਦੋ ਨਹੀਂ ਪੂਰੇ ਪਾਰਲੀਮੈਂਟ ਦੇ ਪੂਰੇ 20 ਮੈਂਬਰ ਜੀ ਤੇ ਹਜ਼ਾਰਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਸੀ ਔਰ ਉਸ ਵੇਲੇ ਲਗਭਗ ਸਾਰਾ ਹੀ ਦੇਸ਼ ਜੀ ਇੰਦਰਾ ਗਾਂਧੀ ਦੇ ਜਿਵੇਂ ਉਹ ਕਹਿੰਦੇ ਲੱਤ ਹੇਠ ਦੀ ਟੱਪਣ ਵਾਲੀ ਗੱਲ ਆ ਲੱਤ ਹੇਠ ਦੀ ਟੱਪ ਗਿਆ ਸੀ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਬਿਲਕੁਲ ਸ਼ਾਂਤ ਹੋ ਕੇ ਬਹਿ ਗਈਆਂ ਸੀ ਜੀ ਕਿਸੇ ਨੇ ਵਿਰੋਧ ਨਹੀਂ ਕੀਤਾ ਸੀ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਵਧਾਈ ਦੀ ਪਾਤਰ ਹੈ ਕੱਲਾ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਐਮਰਜੈਂਸੀ ਦੇ ਖਿਲਾਫ਼ ਕਿਉਂਕਿ ਅਸੀਂ ਅਕਾਲੀ ਦਲ ਦੇ ਆਲੋਚਕ ਨਹੀਂ ਅਕਾਲੀ ਦਲ ਨੇ ਬੜੇ ਵਧੀਆ ਕੰਮ ਕੀਤੇ ਹੈ ਉਹਨੇ ਐਮਰਜੈਂਸੀ ਦੇ ਖਿਲਾਫ਼ ਮੋਰਚਾ ਲਾਇਆ ਪਰ ਜਿਹੜੀ ਫਿਰ ਮੈਂ ਅਗਲੀ ਗੱਲ ਕਹਿਣ ਲੱਗਿਆ ਕਿ ਜਦੋਂ ਲੋਕਾਂ ਨੂੰ ਮੌਕਾ ਮਿਲਦਾ ਹੈ ਸਰਕਾਰਾਂ ਫੈਸਲੇ ਜੋ ਮਰਜ਼ੀ ਕਰ ਲੈਣ ਪਾਰਲੀਮੈਂਟਾਂ ਜੋ ਮਰਜ਼ੀ ਫੈਸਲੇ ਕਰ ਲੈਣ ਜੀ ਲੋਕ ਫਿਰ ਆਪਦਾ ਫੈਸਲਾ ਸੁਣਾ ਦਿੰਦੇ ਨੇ 1977 ਦੇ ਵਿਚ ਫਿਰ ਜਦੋਂ ਚੋਣਾਂ ਹੋਈਆਂ ਲੋਕਾਂ ਨੂੰ ਮੌਕਾ ਸੁਣਾਉਣ ਦਾ ਮੌਕਾ ਮਿਲਿਆ ਫੈਸਲਾ ਸੁਣਾਉਣ ਦਾ ਮੌਕਾ ਮਿਲਿਆ ਉਹਨਾਂ ਨੇ ਫਿਰ ਮੌਕਾ ਸੁਣਾਤਾ ਕਾਂਗਰਸ ਪਾਰਟੀ ਵੀ ਦੇਸ਼ ਚ ਹੁੰਜੀ ਗਈ ਇੰਦਰਾ ਗਾਂਧੀ ਵੀ ਹੁੰਜੀ ਗਈ ਇੰਦਰਾ ਗਾਂਧੀ ਦਾ ਬੇਟਾ ਸੰਜੇ ਗਾਂਧੀ ਜਿਹੜਾ ਉਹਦਾ ਬੜਾ ਵੱਡਾ ਸਲਾਹਕਾਰ ਸੀ ਜਿਹੜਾ ਚਲਾਉਂਦਾ ਸੀ ਸਾਰੀ ਮਸ਼ੀਨਰੀ ਨੂੰ ਉਹ ਵੀ ਮਾਂਜਿਆ ਗਿਆ ਔਰ ਇਹੀ ਤੱਥ ਹੈ ਜਿਹੜੇ ਨੂੰ ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਹਕੂਮਤ ਹਾਸਲ ਕਰਨੀ ਸੌਖੀ ਹੈ ਲੇਕਿਨ ਹੁਕਮ ਨੂੰ ਸੰਭਾਲ ਕੇ ਹਕੂਮਤ ਨੂੰ ਸੰਭਾਲ ਕੇ ਰੱਖਣਾ ਬਹੁਤ ਔਖਾ ਹੈ ਜੇ ਤੁਸੀਂ ਲੋਕ ਭਾਵਨਾਵਾਂ ਦੇ ਉਲਟ ਕੰਮ ਕਰੋਗੇ ਤੇ ਫਿਰ ਜਦੋਂ ਲੋਕਾਂ ਨੂੰ ਮੌਕਾ ਮਿਲਦਾ ਨਾ ਉਹਦੇ ਬਦਲੇ ਲੈ ਲੈਂਦੇ ਇਹੀ ਤਜਰਬੇ ਇਹਨਾਂ ਦੇ ਆਧਾਰ ਤੇ ਮੈਂ ਵਾਰ ਵਾਰ ਕਹਿ ਰਿਹਾ ਕਿ 2019 ਦੇ ਵਿਚ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜੀ ਜੀ ਕਿਉਂਕਿ ਲੋਕ ਭਾਵਨਾਵਾਂ ਨਾਲ ਨਰਿੰਦਰ ਮੋਦੀ ਦੀ ਸਰਕਾਰ ਨੇ ਇੰਨਾ ਖਿਲਵਾੜ ਕੀਤਾ ਲੋਕ ਹੁਣ ਇਹਨੂੰ ਬਖਸ਼ਣਗੇ ਨੀ ਕਿ ਵੋਟ ਪਾਉਣ ਦਾ ਮੌਕਾ ਮਿਲਣ ਦਿਓ 2019 ਤੋਂ ਬਾਅਦ ਫਿਰ ਆਪਾਂ ਦੁਬਾਰਾ ਸਾਡੇ ਸਰੋਤਿਆਂ ਦੇ ਨਾਲ ਅੱਜ ਵਾਲੇ ਦਿਨ ਦੀ ਗੱਲ ਕਰਾਂਗੇ ਕਰਾਂਗੇ ਫਿਰ ਕਿ ਲੋਕ ਕਿੱਡੇ ਵੱਡੇ ਜੱਜ ਹੁੰਦੇ ਹੈ ਅਸਲ ਫੈਸਲਾ ਜਿਹੜੇ ਉਹ ਲੋਕ ਕਰਦੇ ਲੋਕ ਕਰਦੇ ਨੇ